कैसे हो? मैं बहुत अच्छा हूँ। परगट पर क्यों जी सवाल है ਆਈ ਹੈ ਬਸ ਅਸੀਂ ਪਹਾੜ ਵੀ ਚੜ੍ਹਨਾ ਫਿਰ ਤਾਂ ਧਰਮ ਨੂੰ ਆਜ਼ਾਦੀ ਨਹੀਂ ਚਾਹੀਦਾ ਚਾਹੇ ਨਹੀਂ ਬੋ ਨਹੀਂ ਇਹ ਦੇਖੋ ਬਹੁਤ ਸ਼ਾਂਤੀ ਹੈ ਲੋਕ ਮੰਦਿਰ ਦੇ ਅੰਦਰ ਜਾ ਕੇ ਮੂਰਤੀ ਦੀ ਫੋਟੋ ਨਹੀਂ ਖਿੱਚਣੀ ਚਾਹੀਦੀ ਮੇਨ ਮੂਰਤੀ ਜਿਹੜੀ ਮਹਾਤਮਾ ਬੁੱਧ ਦੀ ਆਹ ਮੰਦਿਰ ਦੇ ਅੰਦਰ ਹੈ ਵੀ ਆ ਸਾਰਾ ਚੀਨੀ ਭਾਸ਼ਾ 'ਚ ਲਿਖਿਆ ਇਹਨਾਂ ਦੀ ਔਸਤਨ ਆਮਦਨ ਹੈ ਵੀ ਸੀਨੇ ਦਾ ਇੱਕ ਇੱਕ ਨਵੇਂ ਬਲੌਗ 'ਚ ਸਵਾਗਤ ਹੈ ਸਵੇਰ ਦਾ ਟਾਈਮ ਹੋ ਗਿਆ ਅਤੇ ਮੈਂ ਚੱਲਿਆ ਵੀ ਅੱਜ ਪਹਾੜਾਂ 'ਚ ਹਾਈਕਿੰਗ ਕਰਨ ਵਾਸਤੇ ਅਤੇ ਇੱਥੋਂ ਪਹਿਲਾਂ ਮੈਂ ਟ੍ਰੇਨ ਫੜਨੀ ਹੈ ਅੱਧੇ ਘੰਟੇ ਬਾਅਦ ਟ੍ਰੇਨ ਹੈ ਮੈਟਰੋ ਫੜਦਾ ਮੈਟਰੋ ਸਟੇਸ਼ਨ ਆ ਗਿਆ ਬਈ ਆ ਗਈ ਵੀ ਮੈਟਰੋ ਬਹੁਤ ਜ਼ਿਆਦਾ ਕਰਾਊਡ ਹੈ ਯਾਰ ਰੇਲਵੇ ਸਟੇਸ਼ਨ ਪਹੁੰਚ ਗਿਆ ਭੀੜ ਬਹੁਤ ਜ਼ਿਆਦਾ ਹੈ ਮੈਂ ਸਾਈ ਚੈੱਕ ਹੀ ਨਹੀਂ ਕੀਤਾ ਬਈ ਮੇਰੀ ਟ੍ਰੇਨ 10 ਮਿੰਟ ਹੈ ਬਹੁਤ ਵੱਡਾ ਰੇਲਵੇ ਸਟੇਸ਼ਨ ਹੈ ਬਈ ਇਹ ਸਾਰੇ ਚੈੱਕ ਇਨ ਗੇਟ ਨੇ ਅਲੱਗ ਅਲੱਗ ਟ੍ਰੇਨ ਨਾਲ ਮੇਰਾ ਇਹ ਤੇਰਾ ਹੈ ਟ੍ਰੇਨ ਅੱਜ ਆਪਣੀ ਆਈ ਨਹੀਂ ਯਾਰ ਦੇਖੋ 15 ਮਿੰਟ ਰਹਿ ਗਏ ਤੇਰਾ ਕੋਚ ਨੰਬਰ 6 ਹੈ ਬਈ ਆਹ ਹੇਠਾਂ ਲਿਖਿਆ ਹੁੰਦਾ ਧਰਤੀ 'ਤੇ ਦੇਖੋ ਇਹ ਕੋਚ ਨੰਬਰ 6 ਹੈ ਉਰੇ ਟ੍ਰੇਨ ਆ ਗਈ ਸਿਰਫ 10 ਮਿੰਟ ਪਹਿਲਾਂ ਹੀ ਆਈ ਹੈ ਬਈ ਦੇਖੋ ਉਰੇ ਵੀ ਲਿਖਿਆ ਹੈ ਨੰਬਰ ਬਈ ਆਪਣੀ ਵਿੰਡੋ ਸੀਟ ਹੈ ਇੱਧਰ ਹੈ ਭੀੜ 'ਤੇ ਬਹਿ ਗਏ ਵੀ ਟ੍ਰੇਨ ਫਾਈਨਲੀ ਚੱਲ ਪਈ ਅਤੇ ਅੰਦਰ ਆ ਕੇ ਯਾਰ ਗਰਮੀ ਲੱਗਣ ਲੱਗ ਜਾਂਦੀ ਹੈ 200 ਦੀ ਸਪੀਡ 'ਤੇ ਜਾ ਰਹੀ ਹੈ ਟ੍ਰੇਨ 'ਤੇ ਪਾਣੀ ਰੱਖਿਆ ਦੇਖੋ ਕਿੰਨਾ ਗਿੱਲ ਰਿਹਾ ਪਾਣੀ ਦੇਖ ਲਓ ਮੇਰੀ ਬੋਟਲ 'ਤੇ ਮੈਂ ਬੈਠਿਆ ਸੀ ਵੀ ਇਹ ਮੇਰੇ ਨਾਲ ਵਾਲੀ ਗੁੱਡੀ ਸੰਤਰਾ ਖਾ ਰਹੀ ਸੀ ਮੈਨੂੰ ਸੰਤਰਾ ਦੇਖਿਆ ਦੇਖੋ ਕਿੰਨੇ ਵਧੀਆ ਲੋਕ ਨੇ ਲੋਕ ਵੀ ਅਗਲਾ ਸਟੇਸ਼ਨ ਆਪਣਾ ਦੇਖੋ ਬਈ ਛੋਟਾ ਜਿਹਾ ਕਸਬਾ ਹੈ ਕੋਈ ਆ ਨਦੀ ਨਦੀ ਜੀ ਲੰਘ ਰਹੀ ਹੈ ਬਿਲਡਿੰਗ ਔਰ ਸਾਰੇ ਛੋਟੇ ਤੋਂ ਛੋਟੇ ਸ਼ਹਿਰਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਨੇ ਮਤਲਬ ਬਹੁਤ ਤਗੜੇ ਬਿਲਡਰ ਹੈ ਵੀ ਚਾਈਨਾ ਆਪਾਂ ਪਹੁੰਚ ਗਏ ਆਪਣੇ ਸਟੇਸ਼ਨ 'ਤੇ 45 ਮਿੰਟ ਹੀ ਲੱਗੇ ਬਈ 11:45 ਹੋ ਗਏ ਪੂਰੇ ਲਾਈਨ ਬਣਾ ਕੇ ਖੜੇ ਵੀ ਚੜ੍ਹਨ ਵਾਲੇ ਆ ਸਾਰੇ ਕਿੰਨੇ ਜ਼ਿਆਦਾ ਵੀ ਪੰਕਚੁਅਲ ਨੇ ਟਾਈਮ ਨੂੰ ਲੈ ਕੇ ਇਹ ਗੱਲ ਤਾਂ ਮੰਨਣੀ ਪਊਗੀ ਚਾਈਨਾ ਦੀ ਹਨਾ ਡਿਸਿਪਲਿਨ ਮੈਂ ਤਾਂ ਬੜਾ ਪ੍ਰਭਾਵਿਤ ਹੋ ਗਿਆ ਲਾਈਨਾਂ ਦੇਖ ਲਓ ਕਿੰਨੀਆਂ ਜ਼ਿਆਦਾ ਸਾਫ਼ ਸਫਾਈਆਂ ਨੇ ਉਰੇ ਚਾਹੇ ਚੌਂਕੜੀ ਮਾਰ ਕੇ ਖਾ ਲਓ ਪੀ ਲਓ ਜੋ ਮਰਜ਼ੀ ਕਰ ਲਓ ਵੈਸੇ ਇੱਧਰ ਐਂਟਰ ਨਹੀਂ ਅਲਾਊਡ ਨਹੀਂ ਹੁੰਦਾ ਚਲੋ ਵੀ ਇਹ ਟ੍ਰੇਨ ਨੂੰ ਬਾਏ ਉਰੇ ਵੀ ਹਰ ਡੱਬੇ ਦੇ ਬਾਅਦ ਟੀਟੀ ਦੇਖੋ ਆ ਖੜੇ ਟੀਟੀ ਆ ਐਗਜ਼ਿਟ ਆ ਗਿਆ ਇੱਧਰ ਠੰਡ ਹੈਗੀ ਯਾਰ ਉਰੇ ਪਰ ਜੈਕਟ ਕਰਕੇ ਲੱਗ ਨਹੀਂ ਰਹੀ ਮੈਂ ਫਲੀਜ਼ਾਂ ਫਰੂਜ਼ਾਂ ਪਾਈਆਂ ਹੋਈਆਂ ਨੇ ਬਾਲਾ ਘੰਟ ਸ਼ਹਿਰ ਹੈ ਵੀ ਇਹ ਵੀ ਛੋਟਾ ਜਿਹਾ ਹੀ ਹੈ ਆ ਦੇਖ ਸਾਹਮਣੇ ਹੀ ਉਰੇ ਬੱਸ ਅੱਡਾ ਹੁੰਦਾ ਉਹ ਦੇਖੋ ਬੱਸਾਂ ਖੜੀਆਂ ਨੇ ਕਿੰਨਾ ਸੋਹਣਾ ਹੈ ਉੱਧਰੋਂ ਡਰੈਗਨ ਡਰੂਗਨ ਬਣਾਇਆ ਇਹਨਾਂ ਨੇ ਆ ਫੁੱਲ ਲਈ ਖੜਿਆ ਬਈ ਭਰਜਾਈ ਦੇ ਚੱਕਰਾਂ 'ਚ ਪਿਆਰ ਮੁਹੱਬਤ ਵਾਲੇ ਕਿੱਸੇ ਮਤਲਬ ਚਾਈਨਾ 'ਚ ਵੀ ਨੇ ਤਾਂ ਇੱਥੋਂ ਆਪਾਂ ਟੈਕਸੀ ਲੈ ਕੇ ਜਾਂਦੇ ਹਾਂ ਬਈ ਹਰ ਚੀਜ਼ 'ਚ ਵੀਰੇ ਡਿਸਿਪਲਿਨ ਹੈ ਉਰੇ ਐਂ ਨਹੀਂ ਵੀ ਪਿਛਲੇ ਆ ਕੇ ਲੈ ਜਾਣਗੇ ਗਾਹਕ ਨੂੰ ਜਿਹੜਾ ਪਹਿਲਾਂ ਅੱਗੇ ਟੈਕਸੀ ਖੜੀ ਹੈ ਵੀ ਉਹ ਹੀ ਲੈ ਕੇ ਜਾਊਗਾ ਕਸਟਮਰ ਨੂੰ ਅਤੇ ਉਰੇ ਵੀ ਲਾਈਨ 'ਚ ਹੀ ਐਂਟਰੈਂਸ ਹੈ ਆਹ ਦੇਖੋ ਇਹ ਗੇਟ ਤੋਂ ਉਰੇ ਟੈਕਸੀ 'ਚ ਚੜ੍ਹਦੇ ਆ ਵੀ ਸਾਰੇ ਇਹ ਸ਼ਹਿਰ 'ਚ ਵੀ ਔਰੇਂਜ ਕਲਰ ਦੀਆਂ ਦੇਖੋ ਟੈਕਸੀਆਂ ਜੀ ਨੇ ਸਾਰੀਆਂ ਆ ਗਈ ਵੀ ਟੈਕਸੀ ਇਹ 'ਚ ਬਹਿੰਦੇ ਆਪਾਂ ਹਰ ਸ਼ਹਿਰ 'ਚ ਡਿਫਰੈਂਟ ਟੈਕਸੀ ਦਾ ਰੰਗ ਹੁੰਦਾ ਜਿਵੇਂ ਉੱਥੇ ਦੇਖੋ ਹਰਾ ਜਿਹਾ ਸੀ ਹੈ ਨਾ ਚਾਂਦੂ 'ਚ ਉਰੇ ਹੋਰ ਹੈ ਸਿਸਟਮ ਸਾਰੀਆਂ 'ਚ ਸੇਮ ਹੀ ਲੱਗਿਆ ਹੁੰਦਾ ਜਿਹੜਾ ਡਿਜੀਟਲ ਹੈ ਨਾ ਧੋਖਾਧੜੀ ਉਰੇ ਕੋਈ ਨਹੀਂ ਕਰ ਸਕਦਾ ਚਾਹੇ ਕੋਈ ਮਰਜ਼ੀ ਟੈਕਸੀ ਹੈ ਵਾਓ ਹਰ ਸ਼ਹਿਰ ਵੀ ਬਾਹਲਾ ਸੋਹਣਾ ਯਾਰ ਦਿਲ ਕਰਦਾ ਦੇਖੀ ਜਾਣਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਰੱਬ ਨੇ ਤੈਨੂੰ ਰੀਝ ਲਾ ਕੇ ਤਰਾਸ਼ਿਆ ਵੀ ਫਰੀ ਟਾਈਮ 'ਚ ਉਹ ਕੰਮ ਹੈ ਵੀ ਜਿਵੇਂ ਇਹਨਾਂ ਨੇ ਪੂਰੇ ਰੀਝ ਨਾਲ ਬਣਾਏ ਹੋਣ ਸ਼ਹਿਰ ਹੈ ਨਾ ਜਿਹੜੀ ਇਹਦੀ ਸੁੰਦਰਤਾ ਹੈ ਖਿੱਚ ਹੈ ਸ਼ਹਿਰਾਂ ਦੀ ਕਿੰਨੇ ਸੋਹਣੇ ਸ਼ਹਿਰ ਨੇ ਬਈ ਟਰਾਂਸਪੋਰਟ ਵੀ ਬਾਹਲੀ ਘੈਂਟ ਹੈ ਇੱਕ ਕਹਾਵਤ ਹੈ ਨਾ ਚਲੇ ਤਾਂ ਚਾਂਦ ਤੱਕ ਚਲੇ ਨਾ ਸ਼ਾਮ ਤੱਕ ਵੀ ਚਾਈਨਾ ਦੇ ਪ੍ਰੋਡਕਟ ਤਾਂ ਹੀ ਹੁੰਦੇ ਆ ਇਹ ਤਾਂ ਬਈ ਬਸ ਮਿੱਥ ਹੀ ਹੈ 100 'ਚੋਂ 94-95 ਪ੍ਰੋਡਕਟ ਚਾਈਨਾ ਹੀ ਬਣਾਉਂਦਾ ਅਤੇ ਤੁਸੀਂ ਵੀ ਕੋਈ ਨਾ ਕੋਈ ਚੀਨੀ ਪ੍ਰੋਡਕਟ ਕਦੇ ਯੂਜ਼ ਕੀਤਾ ਹੋਣਾ ਜਾਂ ਕਰ ਰਹੇ ਹੋਵੋਗੇ ਤਾਂ ਮੰਨਣਾ ਪਊਗਾ ਵੀ ਇਹ ਦੇਸ਼ ਨੂੰ ਹੈ ਗੱਲਬਾਤ ਇਹ ਸੁਪਰ ਪਾਵਰ ਬਣ ਸਕਦੇ ਆ
ਲਗਭਗ ਬਈ 9-10 ਕਰੋੜ ਚੀਨੀ ਬਾਹਰਲੇ ਮੁਲਕਾਂ 'ਚ ਪੜ੍ਹਦੇ ਆ, ਪੜ੍ਹਨ ਜਾਂਦੇ ਆ ਉਹ, ਅਤੇ ਫਿਰ ਉੱਥੇ ਹੀ ਸੈਟਲ ਹੋ ਜਾਂਦੇ ਆ। ਪਰ ਜਦੋਂ ਇਹਨਾਂ ਦਾ ਇਹ ਨਵਾਂ ਸਾਲ ਹੁੰਦਾ ਲੂਨਰ ਈਅਰ, ਤਾਂ ਉਹ ਸਾਰੇ ਆਪਦੇ ਘਰਾਂ ਨੂੰ ਵਾਪਸ ਆਉਂਦੇ, ਤਾਂ ਹੀ ਇੰਨੀ ਭੀੜ ਸੀ ਰੇਲਵੇ ਸਟੇਸ਼ਨ 'ਤੇ। ਬਈ ਇਹਨਾਂ ਦਾ ਸਾਰਾ ਕੁਛ ਹੀ ਆਪਦਾ, ਮਤਲਬ ਇਹ ਸੈਲਫ ਇੰਡੀਪੈਂਡੈਂਟ ਨੇ, ਡਿਪੈਂਡੈਂਟ ਨਹੀਂ ਅਮੈਰੀਕਨ ਕੰਪਨੀਆਂ ਦੇ, ਟੈਕ ਦੀਆਂ ਸਾਰੀਆਂ ਕੰਪਨੀਆਂ ਇਹਨਾਂ ਦੀਆਂ ਨੇ, ਤਾਂ ਹੀ ਇਹਨਾਂ ਦੀ ਗਰੋਥ ਬਹੁਤ ਜ਼ਿਆਦਾ ਹੈ। ਬਈ ਆਹ ਬਿਲਡਿੰਗਾਂ ਦੇਖੋ ਇੱਧਰ ਕਿੰਨੀਆਂ ਘੈਂਟ ਨੇ। ਸ਼ਹਿਰਾਂ 'ਚ ਹਰਿਆਲੀ ਨਾ ਹੋਵੇ, ਦਰਖਤ ਨਾ ਹੋਣਾ, ਇਹੋ ਹੋ ਨਹੀਂ ਸਕਦਾ ਚਾਈਨਾ 'ਚ। ਅਤੇ ਦੁਨੀਆ 'ਚ ਕਹਿੰਦੇ ਵੀ ਅੱਧੇ ਕੋਲੇ ਦੀ ਖਪਤ ਇਕੱਲਾ ਚਾਈਨਾ ਹੀ ਕਰਦਾ, ਇੰਨਾ ਜ਼ਿਆਦਾ ਕੰਜਪਸ਼ਨ ਹੈ ਉਰੇ। ਦਰਖਤ ਜੇ ਦੇਖੋ ਯਾਰ ਕਿੰਨੇ ਜ਼ਿਆਦਾ ਘੈਂਟ ਨੇ। ਬਾਈ ਤੋਂ ਲੈ ਲਿਆ ਆਪਾਂ ਨੇ ਬਿੱਲ A to Z, ਕਿੰਨੇ ਵਜੇ ਚੜ੍ਹੇ ਸੀ ਟੈਕਸੀ 'ਚ, ਸਾਰਾ ਕੁਛ A to Z ਇਹਦੇ ਹੁੰਦਾ ਬਿੱਲ 'ਤੇ ਮੈਂਸ਼ਨ, ਕਿੰਨੇ ਵਜੇ ਅਸੀਂ ਉਤਰੇ ਹਾਂ, ਕਿੰਨਾ ਟਾਈਮ ਲੱਗਿਆ ਸਾਰਾ। ਆਪਾਂ ਪਹੁੰਚ ਗਏ ਯਾਰ, ਪਤਾ ਨਹੀਂ ਕਿੱਥੇ ਨੇ ਯਾਰ ਉਹ, ਹੁਣ ਮੈਨੂੰ ਭਾਸ਼ਾ ਦਾ ਬਾਹਲਾ ਚੱਕਰ ਹੈ ਉਰੇ। ਪਰ ਏਰੀਆ ਬੜਾ ਘੈਂਟ ਹੈ, ਬਹੁਤ ਸਾਈਲੈਂਟ, ਪੀਸ ਤਾਂ ਉਰੇ ਸਾਰੇ ਸ਼ਹਿਰਾਂ 'ਚ ਹੈ। ਆਹ ਦੇਖੋ ਜਿਹੜੇ ਲੱਗੇ ਹੋਏ ਆ ਬਲਮ ਜੇ ਵੱਡੇ ਵੱਡੇ, ਯਾ ਲਿਟਲ ਵੇਟ। ਇਹ ਅਨੋਲਾ ਵੀ ਆਪਣੀ ਦੋਸਤ, ਅਤੇ ਇਹਦੇ ਨਾਲ ਹੀ ਆਪਾਂ ਪਹਾੜ ਚੜ੍ਹਾਂਗੇ। ਹੈਲੋ, ਹਾਏ। ਪਹਿਲਾਂ ਆਪਾਂ ਖਾਂਦੇ ਹਾਂ ਰਾਈਸ ਨਿਊਡਲ, ਅਤੇ ਇੱਥੋਂ ਦਾ ਲੋਕਲ ਫੂਡ ਟਰਾਈ ਕਰਦੇ ਹਾਂ ਚਾਈਨਾ ਦਾ। ਬਈ ਰੈਸਟੋਰੈਂਟ ਸਾਰੇ ਬਹਿ ਕੇ ਖਾ ਰਹੇ ਆ, ਦੇਖੋ ਨਿਊਡਲ ਤਾਂ ਉਰੇ ਬਹੁਤ ਖਾਂਦੇ, ਆਪਾਂ ਵੀ ਟਰਾਈ ਕਰ ਰਹੇ ਹਾਂ। ਤਾਂ ਬਈ ਇਹ ਸਾਰੀਆਂ ਸੌਸਾਂ ਹੁੰਦੀਆਂ ਨੇ ਅਲੱਗ ਅਲੱਗ। ਹਾਂ ਲਓ ਵੀ ਆਪਾਂ ਨੇ ਪਾ ਲਿਆ ਉੱਪਰ ਧਨੀਆ, ਇਹ ਵਿੱਚ ਚਿਕਨ ਹੈ, ਆਹ ਹੇਠਾਂ ਨਿਊਡਲ ਨੇ। ਸ਼ੇਸ਼ਾ ਸਭ ਤੋਂ ਮਸ਼ਹੂਰ ਨੇ ਇੱਥੇ ਲੋਕਲ, ਪਰ ਉਰੇ ਚਮਚਾ ਨਹੀਂ ਹੁੰਦਾ। ਡਿਲੀਸ਼ੀਅਸ, ਖਾ ਪੀ ਆ ਯਾਰ। ਨਿਊਡਲ ਬੜੇ ਘੈਂਟ ਸੀ ਚਿਕਨ ਵਾਲੇ, ਪਰ ਹੈਵੀ ਹੁੰਦੇ ਆ ਯਾਰ, ਕਿਉਂਕਿ ਚੌਲਾਂ ਦੇ ਬਣੇ ਹੋਏ ਹੁੰਦੇ ਆ। ਅਤੇ ਇਹਨੂੰ ਬਈ ਬਹੁਤ ਕੁਛ ਪਤਾ ਆਪਣੇ ਇੰਡੀਆ ਬਾਰੇ, ਕਿੰਨੇ ਵਧੀਆ ਰਾਹ ਬਣਾਏ ਹੋਏ ਆ ਨਦੀ ਦੇ ਕੋਲੇ ਤੁਰਨ ਵਾਸਤੇ। ਦੇਖੋ ਨਾਲੇ ਛੋਟੀ ਜਿਹੀ ਹੈ, ਕੋਈ ਵੱਡੀ ਨਹੀਂ। ਕੈਸੇ ਹੋ? ਮੈਂ ਅੱਛਾ ਹੂੰ, ਮੈਂ ਅੱਛਾ ਹੂੰ। ਤੁਮ ਕੈਸੇ ਹੋ? ਮੈਂ ਬਹੁਤ ਅੱਛਾ ਹੂੰ। ਡੂ ਯੂ ਲਾਈਕ ਕੜੀ? ਯਾ ਪਰਾਂਠਾ ਵੀ, ਇਹਨੇ ਮੈਨੂੰ ਫੋਟੋਆਂ ਦਿਖਾਈਆਂ। ਨੈਕਸਟ ਟਾਈਮ ਕੁਕ ਫॉर ਮੀ। ਯਾ ਯਾ ਮੈਂ, ਦੈਟਸ ਵਾਈ ਆਮ ਆਸਕਿੰਗ, ਯੂ ਨੀਡ ਵੀਜ਼ਾ ਫॉर ਇੰਡੀਆ ਔਰ ਨਾਟ? ਐਸੋ ਦੋ ਰਾਜੇ ਬਣ ਗਏ, ਬਹੁਤ ਸੋਹਣਾ ਯਾਰ। ਉਹ ਸਾਈਕਲ ਖੜੀ ਇਲੈਕਟ੍ਰਿਕ। ਹੈਲੋ, ਨੀ ਹਾਓ, ਨੀ ਹਾਓ, ਯੈਲੋ ਐਂਡ ਦ ਯੈਲੋ, ਯੈਲੋ ਮੈਚਿੰਗ ਸਿੰਗ। ਯਾ ਯੂ ਨੇਮ? ਐਮ ਈਜ਼ੀ। ਐਮ ਈਰੀ? ਈਜ਼ੀ, 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 ਯਾ ਮਾਈ ਇੰਗਲਿਸ਼ ਨੇਮ। ਹਾਂ ਯਾ, ਆਈ ਸੌ ਯੂ ਇਨ ਸਟੋਰ ਯੈਸਟਰਡੇ, ਵੀ ਮੈਟ। ਯੈਸ, ਹੀ ਟਰਨਡ ਹਰ ਥਾਓ 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 ਥਾਓ। ਮਾਈ ਸੈਲਫ ਪਰਗਟ, 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 ਪਰਗਟ ਮੀਨਸ ਪ੍ਰੈਜ਼ੈਂਟ। Present. Yeah. Okay. The like meaning of my life is present. Mm-hmm. Yeah. ਹੁਣ ਅਸੀਂ ਵੀ ਤੁਰੇ ਜਾ ਰਹੇ ਹਾਂ, ਕਿਉਂਕਿ ਸਾਡੀ ਬੱਸ ਹੈ ਸ਼ਾਮ ਨੂੰ, ਅਤੇ ਇੱਕ ਮੰਦਰ ਦੇਖਣ ਜਾ ਰਹੇ ਹਾਂ, ਫਿਰ ਉਹ ਤੋਂ ਅਸੀਂ ਪਹਾੜਾਂ ਨੂੰ ਜਾਵਾਂਗੇ। ਇੱਧਰ ਈਜ਼ੀ ਹੈ, ਜਿਹਦੇ ਨਾਲ ਮੇਰਾ ਕੋਟ ਮੈਚ ਹੈ, ਥਾਓ ਹੈ ਸਾਡਾ ਭਾਈ, ਆਹ ਇਹ ਨੁੱਲ ਹੈ, ਇਹਨੂੰ ਤੁਸੀਂ ਜਾਣਦੇ ਹੋ, ਠੀਕ ਹੈ? ਚੜ੍ਹਦੀ ਕਲਾ ਹੈ, ਜਿੰਦਾਬਾਦ, ਪਾਵਰ, ਯੂ ਹੈਵ ਫੁੱਲ ਪਾਵਰ ਟੂ ਕਲਾਈਮ ਮਾਊਂਟੇਨ। ਮੇਰਾ ਨਾਮ ਨਹੀਂ ਇਹਨਾਂ ਨੂੰ ਯਾਦ ਆ ਰਿਹਾ। ਪਰਗਟ, par parget ha parget par er parget just not of you you can you bless so is parget parget that's meo le meo el write my name in phone okay okay hello parget just kidding parget you can say anything not a problem bahut zyada sohne lag reha inna da rang hun sanu hare thode darakht dekhya bhai bahut sohne log exercise kar rahe ਅੱਜ ਸੂਰਜ ਵੀ ਨਹੀਂ ਨਿਕਲਿਆ ਲਓ ਵੀ ਉਰੇ ਸਾਰੇ ਮੀਟਰ ਲਿਖਿਆ ਵੀ 800 ਮੀਟਰ ਸਟੈਪ ਆ ਗਿਆ ਨਾ ਪੂਰਾ ਟਰੈਕ ਹੀ ਬਣਾਇਆ ਆਹ ਸਾਰੇ ਵੀ ਐਕਸਰਸਾਈਜ਼ ਕਰਨ ਨੂੰ ਲੱਗੀਆਂ ਹੋਈਆਂ ਨੇ ਮਸ਼ੀਨਾਂ ਦੇਖੋ ਆਹ ਨੋਲਾ ਮੈਨੂੰ ਸਾਰਾ ਕੁਝ ਦੱਸਦੀ ਜਾ ਰਹੀ ਹੈ ਤਾਂ ਇਹ ਸ਼ਹਿਰ ਹੈ ਵੀ ਮਿਆਨਜਾਂਗ ਅਤੇ ਇੱਥੇ ਜ਼ਿਆਦਾ ਲੋਕ ਜਿਹੜੇ ਬੁੜੇ ਰਹਿੰਦੇ ਆ ਅਤੇ ਚੰਦੂ ਹਾਓ ਮੱਚ ਫਾਰ ਫਰੋਮ ਚੰਦੂ 45 ਮਿੰਟ ਲੱਗੇ ਸੀ ਮੈਨੂੰ ਟ੍ਰੇਨ 'ਚ ਹਜ਼ਾਰ ਕਿਲੋਮੀਟਰ 100 ਕਿਲੋਮੀਟਰ ਵੀ ਘੈਂਟ ਨੇ ਯਾਰ ਦਰਖਤ
ਵਧੀਆ ਪਾਵਰ ਬੈਂਕ ਦੇਖੋ ਇਹਦਾ ਕਿੰਨਾ ਘੈਂਟ ਹੈ 75 ਵਾਟ ਦਾ 15 ਵਾਟ 15 ਦਾ 75 ਵਾਟ ਇਸ 75 ਔਰ 15 50 ਓਕੇ ਆਹ ਵੀ ਦੇਖੋ ਜਮਾਂ ਬੇਰ ਵਰਗਾ ਲੱਗ ਰਿਹਾ ਕੁੱਤਾ ਦੇਖੋ ਬਈ ਛੋਟਾ ਜਿਹਾ ਕੁੱਤਾ ਹੈਲੋ ਨਿਹਾਓ ਆਇਆ ਆਹ ਸ਼ਹਿਰ 'ਚ ਵੀ ਜਿਹੜੀ ਇਹਨਾਂ ਦੀ ਔਸਤਨ ਆਮਦਨ ਹੈ ਵੀ 60,000 ਹੈ ਜਿਹੜੇ ਬੰਦੇ ਨੋਰਮਲ ਕੰਮ ਕਰਦੇ ਆ ਮਤਲਬ 5,000 ਜਵਾਨ ਅਤੇ ਜਿਵੇਂ ਵੱਡੇ ਸ਼ਹਿਰ ਨੇ ਗੁਆਂਜੂ ਸ਼ੰਘਾਈ ਉੱਥੇ ਆ ਵੀ 10,000 ਜਵਾਨ ਲਗਭਗ ਮਹੀਨੇ ਦਾ 1,20,000 ਰੁਪਈਆ ਹਰ ਬੰਦਾ ਕਮਾ ਲੈਂਦਾ ਤਾਂ ਉਰੇ ਵੀ ਇਹ ਸਾਰੀ ਦੁਨੀਆਂ 'ਚ ਸੇਮ ਹੀ ਮਕੈਨਿਜ਼ਮ ਹੈ ਮਹਿੰਗੇ ਸ਼ਹਿਰਾਂ 'ਚ ਕਮਾਈ ਜ਼ਿਆਦਾ ਹੁੰਦੀ ਹੈ ਖਰਚਾ ਵੀ ਜ਼ਿਆਦਾ ਹੁੰਦਾ ਤਾਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਸਾਡੇ ਤਾਂ ਬਈ ਬਹੁਤ ਘੱਟ ਹੈ ਸਪੀਕ ਕਾਉਸਾ ਬਾਉਸਾ ਚਾਉਸਾ ਬਾਉਸਾ ਛੋਟਾ ਜਿਹਾ ਕੁੱਤਾ ਹੈ ਦੇਖੋ ਇਹ ਕਿਹੜੀ ਨਸਲ ਹੈ ਯਾਰ ਇਹ ਬੜੀ ਘੈਂਟ ਹੈ ਸਾਰੇ ਰੱਖਦੇ ਆਰਟੀਫਿਸ਼ਲ ਜਿਹਾ ਹੀ ਲੱਗਦਾ ਹੁਣ ਸਾਈਕਲ ਰੈਂਟ ਕਰਦੇ ਹਾਂ ਵੀਰੇ ਉਰੇ ਅਲੱਗ ਅਲੱਗ ਕੰਪਨੀਆਂ ਦੇ ਖੜੇ ਹੁੰਦੇ ਜਿਵੇਂ ਆਹ ਅਲੀਪੇ ਵਾਲਿਆਂ ਦਾ ਅਤੇ ਇਹ ਪੀਲਾ ਜਿਹਾ ਜਿਵੇਂ ਜੈਂਡੈਕਸ ਵਾਲਿਆਂ ਦਾ ਆ ਗਿਆ ਉਹ ਹੋਰ ਵਾਲਿਆਂ ਦਾ ਆ ਗਿਆ ਵੀਚੈਟ ਵਾਲਿਆਂ ਦਾ ਫਾਈਨਲੀ ਵੀ ਆਪਾਂ ਨੇ ਸਾਈਕਲ ਲੈ ਲਿਆ ਛੇੜ ਲਈਏ ਵੀ ਚਾਈਨਾ 'ਚ ਸਾਈਕਲ ਸਾਈਕਲ ਤਾਂ ਨਹੀਂ ਇਹਦਾ ਸਾਈਕਲ ਹੀ ਹੈ ਸਵਾਦ ਆ ਰਿਹਾ ਬਈ ਇੱਕ ਤਾਂ ਸਰੀਰ ਦੀ ਕਸਰਤ ਵੀ ਹੋ ਰਹੀ ਹੈ ਖਾਇਆ ਪੀਆ ਵੀ ਹਾਜ਼ਮ ਆਜੂਗਾ ਅਤੇ ਸ਼ਹਿਰ ਵੀ ਘੁੰਮਦੇ ਆ ਇਹ ਲਓ ਬਈ ਇਹ ਸਾਰੇ ਆਪਣੇ ਸਾਥੀ ਬੈਕਪੈਕਰ ਇੱਧਰ ਅਨੋਲਾ ਹੀ ਫਿਰਦੀ ਹੈ ਸਾਈਕਲ ਇਹਦਾ ਘੈਂਟ ਹੈ ਸਾਈਕਲ ਅਨੋਲਾ ਯੂਅਰ ਸਾਈਕਲ ਇਜ਼ ਬਿਊਟੀਫੁੱਲ ਸਾਈਕਲਾਂ ਵਾਸਤੇ ਵੀ ਪੂਰੇ ਦੇਖੋ ਅਲੱਗ ਰਾਹ ਬਣਾਏ ਹੋਏ ਇਹਨਾਂ ਨੇ ਫਿਰ ਵੀ ਨਾ ਲੱਗੇ ਮੇਰਾ ਆਹੀ ਐਡਵੈਂਚਰ ਹੈ ਹੁਣ ਚੱਕੀ ਤਾਰਨਾ ਪਊਗਾ ਹੇਠਾਂ ਹੈਲੋ ਬਈ ਲੈਂਡ ਕਰਤਾ ਸਾਈਕਲ ਆਪਾਂ ਨੇ ਘੁੰਮਣ ਦਾ ਸਵਾਦ ਹੈ ਯਾਰ ਬਹੁਤ ਕਿਧਰੇ ਮਰਜ਼ੀ ਵੜ ਦਿਉ ਨਾ ਪੈਸੇ ਲੱਗਦੇ ਨਾ ਪੋਲਿਊਸ਼ਨ ਨਾਲੇ ਸਰੀਰ ਦੀ ਕਸਰਤ ਹੁੰਦੀ ਹੈ ਪਰ ਥੋੜ੍ਹਾ ਟਾਈਮ ਤਾਂ ਜ਼ਿਆਦਾ ਲੱਗਦਾ ਹੁਣ ਫਿਰ ਚੱਕ ਕੇ ਚਾੜਾਂਗੇ ਨਹੀਂ ਨਹੀਂ ਹੈਗਾ ਉਰੇ ਤਾਂ ਚਾੜੋ 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 ਆਹ ਸੜਕਾਂ 'ਤੇ ਵੀ ਪਾਣੀ ਮਾਰਦੇ ਫਿਰ ਰਹੇ ਲਾਈਨਾਂ 'ਤੇ ਜੈਲੋ 'ਤੇ ਦੇਖੋ ਆਹ ਟੈਂਪੂ ਦੇ ਨਾਲ ਪੂਰੀ ਪੀਲੀ ਪੱਟੀ 'ਤੇ ਪਾਣੀ ਮਾਰ ਰਿਹਾ ਵੀ ਦਿਖੇ ਘੈਂਟ ਹੈ ਬਈ ਰੋਡ ਯਾਰ ਸਵਾਦ ਆ ਰਿਹਾ ਪੂਰਾ ਠੰਡ ਜੀ ਲੈ ਗਈ ਆਹ ਰੀਵਰ ਦੇ ਆਪਾਂ ਨਾਲ ਨਾਲ ਤੁਰ ਕੇ ਆਏ ਹਾਂ ਪਾਰਕ ਵਿੱਚ ਦੀ ਲੈ ਜਿੱਦ ਲਾ ਲਈ ਭਾਈ ਸਾਹਿਬ ਨੇ ਸਾਡੇ ਨਾਲ ਬਹੁਤ ਜ਼ਿਆਦਾ ਸਵਾਦ ਆ ਰਿਹਾ ਬਈ ਸਾਈਕਲ ਦੀ ਗੜੀ 'ਤੇ ਕਿਉਂ ਜੀ ਸਵਾਦ ਹੈ ਆਈ ਹੈ ਬਸ ਦੇਖੋ ਅਸੀਂ ਪਹਾੜ ਵੀ ਚੜ੍ਹਨਾ ਆ ਗਿਆ ਵੀ ਮੰਦਰ ਕਾਫੀ ਵੱਡਾ ਟੈਂਪਲ ਹੈ ਅਤੇ ਬਹੁਤ ਸੋਹਣਾ ਵਾਓ ਉਰੇ ਕਾਫੀ ਬੱਸਾਂ ਜੀਆਂ ਵੀ ਖੜੀਆਂ ਨੇ ਬੰਦ ਲੱਗ ਰਿਹਾ ਇਹਦਾ ਐਂਟਰਿੰਗ ਪੁਆਇੰਟ ਦੇਖਦੇ ਹਾਂ ਕਿੱਥੇ ਈਜ਼ੀ ਤਾਂ ਥੱਕ ਗਈ ਯੂ ਫੀਲ ਟਾਈਡ ਯੂ ਹੈਵ ਅਲੋਟ ਆਫ ਹਾਂ ਵੇਅਰ ਇਜ਼ ਐਂਟਰੈਂਸ ਵੀ ਕੈਨ ਗੋ ਇਨਸਾਈਡ ਦਾ ਟੈਂਪਲ ਮੰਦਰ ਦੇ ਵਿੱਚ ਆ ਕੇ ਵੀ ਬਹੁਤ ਜ਼ਿਆਦਾ ਸੋਹਣਾ ਹੈ ਜਿਵੇਂ ਆਹ ਲਿਖਿਆ ਚੀਨੀ ਭਾਸ਼ਾ 'ਚ ਕੁਛ ਇਹਦੇ ਵੀ ਜਿਹੜੇ ਗੇਟ ਗੂਟ ਨੇ ਕਾਫੀ ਪੁਰਾਣੇ ਨੇ ਸਾਰੇ ਦੇਖੋ ਆਹ ਪਿੱਤਲ ਦਾ ਲੱਗਿਆ ਇਹਨਾਂ ਦੇ ਲੱਕੜਾਂ ਲੁੱਕੜਾਂ ਪਈਆਂ ਨੇ ਕਾਫੀ ਖੂਬਸੂਰਤ ਹੈ ਇੱਧਰ ਆਸਮਾਨ ਜਿਹਾ ਪਿਆ ਅਗਰਬੱਤੀਆਂ ਨੇ ਸ਼ਾਇਦ ਇਹ ਮਹਾਤਮਾ ਬੁੱਧ ਦਾ ਮੰਦਰ ਹੈ ਵੀ ਸਾਰੇ ਬੁੱਧ ਧਰਮ ਦਾ ਦੇਖੋ ਜਿਵੇਂ ਤਿੱਬਤ 'ਚ ਵੀ ਹੈ ਮੰਦਰ ਦੇ ਅੰਦਰ ਜਾ ਕੇ ਮਹਾਤਮਾ ਬੁੱਧ ਦੀ ਮੂਰਤੀ ਦੀ ਫੋਟੋ ਨਹੀਂ ਖਿੱਚਣੀ ਚਾਹੀਦੀ ਇਹ ਮੈਨੂੰ ਦੱਸਿਆ ਇਹਨੇ ਐਨੋਲਾ ਨੇ ਵੀ ਕਹਿੰਦੇ ਵੀ ਬੁਰਾ ਮੰਨਿਆ ਜਾਂਦਾ ਬੈਡ ਲੱਕ ਹੁੰਦਾ ਵੀ ਜਦੋਂ ਲਾਈਟ ਰਿਫਲੈਕਟ ਕਰਦੀ ਆ ਮੂਰਤੀ 'ਤੇ ਹੈ ਨਾ ਤਾਂ ਮਤਲਬ ਬੁਰਾ ਵਧੀਆ ਗੱਲ ਨਹੀਂ ਮਤਲਬ ਇਹਨਾਂ ਦਾ ਮੰਨਣਾ ਇਹ ਗੱਲ ਬਹੁਤ ਹੀ ਜ਼ਿਆਦਾ ਸੋਹਣਾ ਮੰਦਰ ਹੈ ਵੀ ਖਾਸ ਕਰਕੇ ਆ ਇਮਾਰਤ ਦਾ ਜਿਹੜਾ ਆਰਕੀਟੈਕਚਰ ਹੈ ਨਾ ਬਹੁਤ ਜ਼ਿਆਦਾ ਪੁਰਾਣਾ ਹੈ ਨਮੂਨਾ ਇਹ ਵੀ ਅਗਰਬੱਤੀਆਂ ਜਿਹੀਆਂ ਲਾਉਂਦੇ ਅੰਦਰ ਓਕੇ ਬਟ ਇਟ ਇਜ਼ ਸਕੈਂਡਲ
ਮੋਮਬੱਤੀਆਂ ਅਸੀਂ ਨੇ ਲੈ ਲਈਆਂ, ਦੇਖੋ ਹੱਥ ਵੀ ਨਹੀਂ ਲੱਗਦਾ ਇਹਨਾਂ ਦੇ, ਆਹ ਕੱਪੜਾ ਜਿਹਾ ਰੱਖਿਆ ਹੁੰਦਾ ਤਾਂ ਜੋ ਵੀ ਇਹਨਾਂ ਦੀ ਜਿਹੜੀ ਸੁੱਚਤਾ ਹੈ ਉਹ ਬਣੀ ਰਹੇ। ਐਵੇਂ ਮੇਨ ਮੂਰਤੀ ਹੈ ਜਿਹੜੀ ਮਹਾਤਮਾ ਬੁੱਧ ਦੀ, ਆਹ ਮੰਦਿਰ ਦੇ ਅੰਦਰ ਹੈ ਵੀ, ਆਹ ਸਾਰਾ ਚੀਨੀ ਭਾਸ਼ਾ 'ਚ ਲਿਖਿਆ। ਜਿਵੇਂ ਮੈਂ ਮਕਲੋੜਗੰਜ ਗਿਆ ਸੀ ਨਾ, ਬਸ ਉਵੇਂ ਦੀ ਇਹ ਵਾਈਬਸ ਆ ਰਹੀਆਂ ਨੇ। ਔਰ ਇਹ ਬਾਹਰ ਵੀ ਇਹ ਅਗਰਬੱਤੀਆਂ ਮੋਮਬੱਤੀਆਂ ਜਗਾਉਂਦੇ ਨੇ, ਦੇਖੋ ਇਹ ਬੇਬੇ ਧੂਫ ਦਿੰਦੀ ਫਿਰਦੀ ਹੈ ਜੀ ਬਸ, ਆਹ ਦੇਖੋ ਬੜੀ ਵਧੀਆ। ਮੋਮਬੱਤੀਆਂ ਵੀ ਖੱਬੇ ਹੱਥ ਨਾਲ ਹੀ ਲਾਉਣੀਆਂ ਹੁੰਦੀਆਂ ਨੇ, ਫਿਰ ਵਧੀਆ ਮੰਨਿਆ ਜਾਂਦਾ। ਅਤੇ ਦੇਖੋ ਕਿੰਨੀ ਜ਼ਿਆਦਾ ਕਾਫੀ ਲੋਕ ਕਹਿੰਦੇ ਨੇ ਕਿ ਉਰੇ ਤਾਂ ਧਰਮ ਨੂੰ ਆਜ਼ਾਦੀ ਨਹੀਂ, ਚਾਈਨਾ 'ਚ ਐਂ ਨਹੀਂ ਵੋ ਨਹੀਂ। ਇਹ ਦੇਖੋ ਬਹੁਤ ਸ਼ਾਂਤੀ ਹੈ, ਲੋਕ ਕਹਿੰਦੇ ਚਾਈਨਾ 'ਚ ਧਰਮ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਨਹੀਂ, ਫਲਾਣਾ ਨਹੀਂ ਧਮਕਾ ਨਹੀਂ। ਦੇਖੋ ਆਹ ਮੇਰੇ ਦੋਸਤ ਨੇ ਸਾਰੇ, ਇਹ ਅਗਰਬੱਤੀਆਂ ਵੀ ਤਿੰਨ ਤਿੰਨ ਕਰਕੇ ਲਾਉਣੀਆਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ 'ਤੇ, ਜੋ ਵੀ ਤੁਸੀਂ ਕਾਮਨਾ ਮੰਗਣੀ ਉਹ ਮੰਗ ਸਕਦੇ ਹੋ। ਅਤੇ ਕਿੱਥੋਂ ਆਏ ਹੋ ਪਹਿਲਾਂ, ਜਦੋਂ ਮੋਮਬੱਤੀਆਂ ਲਾਉਣੀਆਂ ਨੇ ਉਦੋਂ ਉਹ ਸੋਚਣਾ ਵੀ ਅਸੀਂ ਕਿੱਥੋਂ ਆਏ ਹਾਂ। ਇਹ ਮੰਦਰ 'ਚ ਕਾਫੀ ਇਹ ਬਣੀਆਂ ਹੋਈਆਂ ਨੇ ਥਾਵਾਂ ਵੀ, ਸਾਰਿਆਂ 'ਤੇ ਤਿੰਨ ਤਿੰਨ ਜੀ ਬਣਾ ਕੇ ਰੱਖਣੇ। ਉੱਧਰ ਵੀ ਦੇਖੋ ਚੱਲ ਰਹੀਆਂ ਨੇ ਕਾਫੀ ਅਗਰਬੱਤੀਆਂ, ਬਹੁਤ ਹੀ ਸੋਹਣਾ ਹੀ ਮੰਦਰ ਹੈ ਬਈ, ਸਕੂਨ ਹੈ, ਬਹੁਤ ਜ਼ਿਆਦਾ ਸਕੂਨ ਹੈ। ਐਂ ਲੱਗ ਰਿਹਾ ਮੈਨੂੰ ਤਾਂ ਜਿਵੇਂ ਤਿੱਬਤ 'ਚ ਆ ਗਿਆ ਵਾਂ। ਆਹ ਦੇਖੋ ਚੱਲ ਰਹੀਆਂ ਨੇ ਅਗਰਬੱਤੀਆਂ ਸਾਰੀਆਂ, ਅੰਤ ਨੂੰ ਵੀ ਇਹ ਪੇਪਰ ਵੀ ਮਚਾ ਦੇਣਾ ਸਾਰਾ। ਅੰਦਰ ਜਾਇਆ ਯਾਰ, ਮੰਦਰ ਬਹੁਤ ਸੋਹਣਾ ਸੀ ਅਤੇ ਬਹੁਤ ਸਕੂਨ ਹੈ। ਅਤੇ ਹੇਠਾਂ ਗੋਡੇ ਨਹੀਂ ਲਾਉਂਦੇ, ਮੇਜ਼ ਜੇ ਰੱਖੇ ਹੁੰਦੇ ਆ ਉਹ 'ਤੇ ਗੋਡੇ ਟੇਕਦੇ ਆ, ਮੱਥਾ ਟੇਕਦੇ ਆ। ਹੁਣ ਅਸੀਂ ਜਮ੍ਹਾਂ ਉੱਪਰ ਆ ਗਏ ਵੀ ਮੰਦਰ ਦੇ, ਦੇਖੋ ਕਿੰਨਾ ਖੂਬਸੂਰਤ ਮੰਦਰ ਹੈ। ਇਹਦੇ ਉੱਪਰ ਵੀ ਡਰੈਗਨ ਵੀ ਬਣਾਇਆ ਇਹਨਾਂ ਨੇ, ਦੇਖੋ ਸਾਰਾ ਡਰੈਗਨ ਇਹਨਾਂ ਦਾ ਜਿਹੜਾ ਹੈ। ਈਜ਼ੀ ਨੇ ਮੈਨੂੰ ਦੱਸਿਆ ਵੀ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤਾਂ ਮੋਸਟਲੀ ਜਿਹੜੇ ਪਰਿਵਾਰ ਨੇ ਮੰਦਰ ਜਾਂਦੇ ਆ, ਪਹਿਲੇ ਦਿਨ ਮੱਥਾ ਟੇਕ ਕੇ ਜਾਂਦੇ ਜਿਵੇਂ ਆਪਣੇ ਗੁਰੂ ਘਰਾਂ 'ਚ ਜਾਂਦੇ ਆ ਲੋਕ। ਬਹੁਤ ਖੂਬਸੂਰਤ ਹੈ ਵੀ ਮੰਦਰ। ਮੰਦਰ ਤੋਂ ਆ ਗਏ ਵੀ, ਹੁਣ ਆਪਾਂ ਟੈਕਸੀ ਲੈ ਕੇ ਚੱਲੇ ਹਾਂ ਬੱਸ ਅੱਡੇ, ਕਿਉਂਕਿ ਪਹਾੜਾਂ ਨੂੰ ਨਿਕਲਣਾ। ਤਾਂ ਇਹ ਦੇਖੋ ਫਲੈਸ਼ਾਂ ਮਾਰ ਰਹੇ ਨਾ ਕੈਮਰੇ, ਬਹੁਤ ਜ਼ਿਆਦਾ ਐਕਟੀਵਿਟੀਆਂ ਰਿਕਾਰਡ ਕਰਦੇ ਆ ਵੀ ਇਹ। ਲਓ ਬਈ ਆਹ ਸ਼ਹਿਰ ਦਾ ਰੂਟ ਮੈਪ ਲੱਗਿਆ ਹੈ ਬਈ, ਆਹ ਸਪੀਡ ਹਰੇ ਹਰੇ ਅੱਖਰਾਂ 'ਚ ਬਾਹਲੀ ਘੈਂਟ ਲੱਗਦੀ ਹੈ ਵੀ ਸਾਰੀਆਂ ਚੀਜ਼ਾਂ। ਮੈਨੂੰ ਟੈਕਸੀ 'ਚ ਨੀਂਦ ਆ ਗਈ ਸੀ ਯਾਰ, ਕਿਉਂਕਿ ਮੈਂ ਰਾਤ ਵੀ 4 ਘੰਟੇ ਸੋਇਆ, ਪਿਛਲੀ ਰਾਤ ਵੀ ਐਡਿਟ ਕਰਨੀ ਪੈਂਦੀ ਹੈ ਵੀਡੀਓ। ਇੱਥੋਂ ਦਾ ਬੱਸ ਟਰਮੀਨਲ ਹੈ, ਬਹੁਤ ਵੱਡਾ ਹੈ ਅਤੇ ਸਾਹਮਣੇ ਸਟੋਰ ਸਟਾਰ ਨੇ, ਚਾਹ ਚੂਹ ਲੈਂਦੇ ਹੋ ਕਿ ਕਾਫੀ, ਚਾਹ ਤਾਂ ਨਹੀਂ ਮਿਲਦੀ ਕਾਫੀ। ਪਾਣੀ ਦੀ ਬੋਟਲ ਲਈ ਹੈ, 2-3 ਸੈੱਲ ਲਏ ਆ ਬੈਂਟਰੀ ਵਾਸਤੇ। ਬੱਸ ਅੱਡੇ 'ਚ ਐਂਟਰ ਕਰਦੇ ਹਾਂ, ਦੇਖੋ ਉਰੇ ਬਾਹਰ ਵੀ ਏ ਟੀ ਐੱਮ ਸਾਰਾ ਕੁਛ ਲੱਗਿਆ ਹੈ। ਲੋ ਵੀ ਉਰੇ ਟਿਕਟ ਲੈਣ ਨੂੰ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ, ਬੱਸ ਦੀ ਟਿਕਟ ਤੁਸੀਂ ਇੱਥੋਂ ਵੀ ਲੈ ਸਕਦੇ ਹੋ। ਚੀਨ ਦਾ ਅੱਜ ਆਪਾਂ ਬੱਸ ਅੱਡਾ ਦੇਖਣ ਜਾ ਰਹੇ ਹਾਂ। ਲੈ ਉਰੇ ਵੀ ਸਿਕਿਉਰਿਟੀ ਚੈਕਿੰਗ ਹੁੰਦੀ ਹੈ ਬਈ, ਦੇਖੋ ਮਸ਼ੀਨਾਂ ਲੱਗੀਆਂ ਹੋਈਆਂ ਨੇ। ਇੱਥੇ ਵੀ ਰੈਸਟ ਕਰਨ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਨੇ, ਪੋਲੀਆਂ ਪੋਲੀਆਂ ਮਸਾਜ ਕਰਨੀ ਹੈ। ਸੁੱਕਾ ਚਿਕਨ ਉਹਦਾ ਮੈਨੂੰ ਇਹਨਾਂ ਸਵਾਦ ਜਿਹਾ ਨਹੀਂ ਲੱਗਿਆ ਯਾਰ, ਤਾਂ ਮੈਂ ਕੁਛ ਹੋਰ ਲੈਂਦਾ ਇੱਥੋਂ। ਆਹ ਕੌਫੀ ਐਂ ਮਿਲਦੀ ਹੈ ਵੀ ਉਰੇ ਠੰਡੀ। ਇਹਨਾਂ ਦੇ ਤਾਂ ਲੇਜ਼ ਵੀ ਚਿਕਨ ਫਲੇਵਰ ਵਾਲੇ ਆਉਂਦੇ ਆ ਸਾਰੇ, ਮੀਟ ਮੂਟ ਵਾਲੇ। ਆਹ ਦੇਖੋ ਲੇਜ਼ ਬਿਸਕੁਟ, ਆਹ ਚੋਕਲੇਟ, ਦੇਖੋ ਸਨੀ, ਦੇਖੋ ਇੰਨਾ ਕੁਛ ਲਿਆ ਵੀ। ਤੀਜੋ ਆਉਣ ਦਾ ਵੀ ਲਗਭਗ 380 ਦਾ ਖਾਣ ਪੀਣ ਵਾਲਾ ਸਮਾਨ। ਹੁਣ ਸਾਡੀ ਬੱਸ ਦਾ ਟਾਈਮ ਹੋ ਗਿਆ, ਬੋਰਡ ਕਰਦੇ। ਆਹ ਮੇਰੀ ਟਿਕਟ ਵੀ ਇਹਨਾਂ ਨੇ ਲੈ ਲਈ ਸੀ ਪਹਿਲਾਂ, ਦੇਖੋ ਹੁਣ ਉਰੇ ਸਕੈਨ ਕਰਾਂ। ਆਹ ਬੱਸ ਅੱਡਾ ਵੀ ਕਿੰਨਾ ਐਡਵਾਂਸ ਹੈ ਵੀ, ਸਕਰੀਨਾਂ ਸਕਰੂਨਾਂ ਚੱਲ ਰਹੀਆਂ ਨੇ ਸਾਰੀਆਂ ਇਹਨਾਂ ਦੀ ਭਾਸ਼ਾ 'ਚ, ਕਾਫੀ ਵੱਡਾ ਹੈ। ਇਹ ਅਲੱਗ ਅਲੱਗ ਬੱਸਾਂ ਲੱਗੀਆਂ ਹੋਈਆਂ ਨੇ। ਵਾਓ, ਇਹ ਬੱਸ ਹੈ ਵੀ ਆਪਣੀ, ਦਿਸ ਇਜ਼ ਆਵਰ ਬੱਸ। ਓਕੇ ਲਓ ਵੀ ਬੱਸ ਬੋਰਡ ਕਰ ਲਈ ਆਪਾਂ ਨੇ ਸਾਰੀ,
ਹੁਣ ਇਹ ਕਹਿੰਦੇ ਕਿਧਰੇ ਵੀ ਬਹਿ ਜਾਓ, ਮੈਂ ਸ਼ੀਸ਼ੇ 'ਚ ਨਹੀਂ ਬੈਠਣਾ ਯਾਰ। ਆਹ ਸ਼ੀਸ਼ੇ ਦੇ ਅੱਗੇ ਵੀ ਆ ਗ੍ਰਿਲ ਜਿਹੀ ਲੱਗੀ ਹੋਈ ਹੈ ਵੀ ਕੋਈ ਬਾਹਰ ਇੱਧਰ ਡਿੱਗ ਨਾ ਜਾਵੇ ਜਾਂ ਛਾਲ ਛੂਲ ਜੀ ਨਾ ਮਾਰੇ। ਬੱਸ ਅੱਡਾ ਵੀ ਬਹੁਤ ਜ਼ਿਆਦਾ ਸੋਹਣਾ, ਬਹੁਤ ਸਾਫ਼ ਹੈ ਅਤੇ ਬਹੁਤ ਜ਼ਿਆਦਾ ਉਰੇ ਬੱਸਾਂ ਖੜ੍ਹੀਆਂ ਨੇ ਅਲੱਗ ਅਲੱਗ। ਆਹ ਸਾਡੀ ਕੰਡਕਟਰ ਬੀਬੀ ਹੈ ਬਈ, ਟਿਕਟਾਂ ਲਈ ਜਾਂਦੀ ਹੈ। ਦੇਖੋ ਜਹਾਜ਼ ਵਾਂਗੂ ਬਈ ਕੁਰਸੀ ਦੀ ਪੇਟੀ ਬੰਨਣੀ ਪੈਂਦੀ ਹੈ। ਦੇਖੋ ਇਹ ਲੋਕ ਜਾ ਹੈ ਨਾ, ਹਰ ਪੈਸੇਂਜਰ ਦੇ ਸੀਟ 'ਤੇ ਹੈ, ਸੇਫਟੀ ਵਾਸਤੇ ਹੈ। 3:55 ਦਾ ਟਾਈਮ ਹੈ ਬੱਸ ਦਾ ਅਤੇ 3:53 ਦੇ ਤੁਰ ਪਈ, 2 ਮਿੰਟ ਪਹਿਲਾਂ ਹੀ। ਪੱਕੀ ਪੰਕਚੁਅਲ ਬਹੁਤ ਨੇ ਹਰ ਫੀਲਡ 'ਚ, ਤੁਹਾਨੂੰ ਦੱਸਿਆ। ਚੱਲ ਵੀ ਬੱਸ ਘੁੰਮਾ ਦੇ ਡਰਾਈਵਰ ਸਾਹਿਬ ਨੇ। ਸ਼ਹਿਰ ਕਾਫੀ ਸੋਹਣਾ ਹੈ ਬਈ, ਹੋਟਲ ਹਾਟਲ ਜੇ ਦੇਖੋ ਸ਼ਹਿਰ ਤੋਂ ਬਾਹਰ ਬਾਹਰ। ਟਰੱਕ ਯੂਨੀਅਨ ਹੈ ਵੀ ਚਾਈਨਾ ਦੀ, ਦੇਖੋ ਟਰੱਕ ਹੀ ਟਰੱਕ। ਰੋਡ ਦੇਖੋ ਵੀ, ਇੰਟਰਚੇਂਜ ਦੇਖੋ, ਵਾਓ ਯਾਰ। ਆਹ ਦੇਖੋ ਕਿੰਨਾ ਘੈਂਟ ਬਣਾਇਆ ਯੂਜ ਆ। ਫਾਈਨਲੀ ਪਹੁੰਚ ਗਏ ਅਸੀਂ, ਮੀਂਹ ਪੈ ਗਿਆ ਡਰ ਤਾਂ ਕਾਫੀ। 6 ਵੱਜ ਗਏ ਯਾਰ, ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਮੌਸਮ ਬਾਹਲਾ ਖਰਾਬ ਹੈ ਅਤੇ ਮੇਰੇ ਕੋਲ ਨਾ ਸੋਟੀ ਹੈਗੀ ਨਾ ਰੇਨਕੋਟ ਮੇਰੇ ਕੋਲ। ਚਾਈਨਾ ਦੇ ਪਹਾੜੀ ਪਿੰਡ ਬਹੁਤ ਜ਼ਿਆਦਾ ਸੋਹਣੇ ਨੇ ਅਤੇ ਬਹੁਤ ਜ਼ਿਆਦਾ ਡਿਵੈਲਪਡ ਨੇ। ਦੇਖੋ ਚੌੜੇ ਚੌੜੇ ਰੋਡ, ਐਂਡ ਗੱਲਬਾਤ ਹੈ ਬਈ। ਰਾਹ ਦੇਖੋ ਕਿੰਨੇ ਜ਼ਬਰਦਸਤ ਬਣਾਏ ਵੀ, ਮੀਂਹ ਆ ਰਿਹਾ ਅਤੇ ਬਾਕੀ ਰਾਹ 'ਚ ਪਿੰਡ ਇਹਨਾਂ ਨੇ ਵਸਾਏ ਹੋਏ ਆ ਬਈ, ਜਿੰਨੇ ਵੀ ਪਿੰਡ ਨੇ ਪਹਾੜਾਂ 'ਚ। ਐਂਡ ਗੱਲਬਾਤ ਸੀ, ਮੈਨੂੰ ਤਾਂ ਨੀਂਦ ਆ ਗਈ ਸੀ ਕਿਉਂਕਿ ਮੈਂ ਸੁੱਤਾ ਨਹੀਂ। ਰੈਸਟੋਰੈਂਟ 'ਚ ਆਇਆ ਵੀ ਸੇਕ ਰਿਹਾ, ਕੋਲਿਆਂ ਦੀ ਅੱਗ ਨਾਲ ਭੱਠੀਆਂ ਹੀ ਹੁੰਦੀਆਂ ਨੇ ਥਾਂ ਦੇ, ਕਿਉਂਕਿ ਪਹਾੜ ਨੇ ਠੰਡ ਨੇ। ਦੇਖੋ ਆਲੂ ਉਬਲੇ, ਕੋਲਿਆਂ 'ਚ ਸੁੱਟ ਕੇ ਰੱਖਦੇ ਨੇ ਆਲੂ। ਕੇਨੂ 'ਚੋਂ ਭਾਪਾ ਨਿਕਲਦੀਆਂ ਦੇਖੀਆਂ ਨੇ, ਦੇਖੋ ਇਹ ਅੱਗ 'ਤੇ ਰੱਖ ਕੇ ਗਰਮ ਕਰਕੇ ਖਾਂਦੇ ਆ ਵੀ ਕੇਨੂ ਵੀ। 6:20 ਹੋ ਗਏ ਬਈ, ਕਿਉਂਕਿ ਉੱਪਰ ਤਾਂ ਕੁਛ ਮਿਲਣਾ ਨਹੀਂ ਤਾਂ ਰੋਟੀ ਰਾਟੀ ਖਾ ਕੇ ਅਸੀਂ ਉਰੀ ਚੱਲੇ ਹਾਂ। ਇਹ ਸਾਡਾ ਡਿਨਰ ਹੈ, ਇਟਸ ਲਾਈਕ ਬੋਇਲਡ ਵੈਜੀਟੇਬਲਸ right soup, it's a soup. Mm-hmm. Soup hai. That's tofu and the vegetable. Eh ho hai tofu ma paneer jada hai, but is this black tofu. Black tofu, aa bhi tofu hai. And oh, this yeah. This moi jada hai tofu. Aa ji bhi le de ta bebe ne sadi ne shasha me bhai bade reha hai, kat nahi reha. Eh sada guide hai jada bhai sai leke jauga. Hun eh gaddi jaawange assi agge kha pi liya. ਮੀਨੇ ਵੀ ਕੰਮ ਖਰਾਬ ਕਰੂਗਾ ਸਾਡਾ ਨੂੰ। ਇਹ ਅਸੀਂ ਨੇ ਟੈਕਸੀ ਅਬੋਰਡ ਕੀਤੀ ਹੈ ਬਈ, ਅਤੇ ਉਰੇ ਪੁਲਿਸ ਦੀਆਂ ਚੌਂਕੀਆਂ ਨੇ ਥਾਂ ਥਾਂ, ਅਤੇ ਹੋਪਸੋ ਸਾਨੂੰ ਪਾਂਡਾ ਮਿਲ ਜਾਏ ਜੰਗਲ 'ਚ। ਇਹ ਸਾਰਾ ਪਾਂਡਾ ਫੋਰੈਸਟ ਹੀ ਹੈ, ਅਤੇ ਫਿਰ ਸਪੈਸ਼ਲ ਇੱਕ ਦਿਨ ਜਾਵਾਂਗੇ ਆਪਾਂ ਕਿਸੇ ਜੂ 'ਚ, ਉੱਥੇ ਤੁਹਾਨੂੰ ਪਾਂਡਾ ਦਿਖਾਵਾਂਗੇ। ਬੜਾ ਰੋਮਾਂਚਿਕ ਸਫ਼ਰ ਹੈ ਯਾਰ, ਨੀਂਦਾਂ ਤੈਗਣੀਆਂ ਪੈਂਦੀਆਂ ਨੇ, ਪਹਿਲਾਂ ਸਵੇਰੇ ਦਿਲ ਨਹੀਂ ਕਰਦਾ ਸੀ ਆਉਣ ਨੂੰ ਵੀ ਛੱਡ ਫਿਰ ਯਾਰ ਕੀ ਜਾਵਾਂਗੇ, ਅਤੇ ਫਿਰ ਮੈਂ ਮਣਜਾ ਮਾਰ ਕੇ ਉੱਠ ਕੇ ਭੱਜ ਕੇ ਚੜਿਆ ਨਾ ਟ੍ਰੇਨ ਟਰੂਨ, ਨਹੀਂ ਫਿਰ ਇੰਨੇ ਵਧੀਆ ਯਾਰ ਆਪਣੇ ਮਿਸ ਹੋ ਜਾਂਦੇ। ਬਾਹਰ ਵੀ ਬਹੁਤ ਤਗੜਾ ਵਿਊ ਹੈ ਥਾਂ ਥਾਂ ਉਰੇ ਦੇਖੋ। ਹੁਣ ਇੱਕ ਟੈਕਸੀ ਹੋਰ ਚੇਂਜ ਕਰਨੀ ਹੈ, ਮੀਂਹ ਹਟ ਨਹੀਂ ਰਿਹਾ ਅਤੇ ਸਨੋਅ ਵਾਲਾ ਟਰੈਕ ਹੈ, ਆਹ ਕਰੈਮ ਚੱਕੀ ਫਿਰਦਾ ਆਪਣੇ ਵਾਲੇ ਤਾਂ ਇੰਨੇ ਕਾਰਗਰ ਨਹੀਂ ਜਿਹੜੇ ਡੀ ਕੈਸ ਲਾਉਣ 'ਚ ਲਏ ਹੋ। ਮੇਨ ਕਰੈਮ ਤਾਂ ਹੀ ਹੈ ਜਿਹੜੇ ਉੱਥੇ ਪਾਏ ਸੀ ਆਪਾਂ ਨੇ, ਕੈਦਾਰ ਕੰਟਾ ਟਰੈਕ ਦੇਖ ਲਈਆਂ ਬਈ, ਉਹ 'ਚ ਉਹਨੇ ਸਿੱਧੂ ਨੇ ਸਾਨੂੰ ਦਿੱਤੇ ਸੀ ਕਰੈਂਪ। ਆਹ ਸੋਟੀ ਜੀ ਬਾਂਸ ਵਾਲੀ ਲੈਣੀ, ਇੱਕ ਰੇਨਕੋਟ ਵੀ ਲੈ ਲਈ ਯਾਰ, ਮੀਂਹ ਆ ਰਿਹਾ ਉੱਪਰ। ਲੋ ਵੀ ਇਹਦੇ ਕੋਲੇ ਇਹ ਆਇਆ ਯਾ ਆਈ ਦੇ ਵੀ, ਬਲੂ ਕਲਰ ਦਾ ਲੈ ਲਿਆ
15 ਜਵਾਨ ਦਾ ਦਿੱਤਾ ਵੀ ਸਹੀ ਹੈ ਯਾਰ, ਕੋਈ ਜ਼ਿਆਦਾ ਰੇਟ ਨਹੀਂ, 150 ਰੁਪਈਏ ਦਾ, 170 ਦਾ। ਉਰੇ ਸਾਰੀਆਂ ਛੋਟੀਆਂ ਸਾਟੀਆਂ ਸਭ ਕੁਛ ਮਿਲ ਜਾਂਦਾ, ਟਿਕਟਾਂ ਲੈ ਕੇ ਛੋਟੀਆਂ ਸਾਟੀਆਂ ਲੈ ਕੇ ਹੁਣ ਅਸੀਂ ਚੱਲ ਪਏ ਵੀ ਅੱਗੇ ਨੂੰ ਅਤੇ ਦੂਜੀ ਟੈਕਸੀ 'ਚ। ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਾਹਰ, ਹੱਥ ਸੁੰਨ ਹੋ ਗਏ। ਈਜ਼ੀ ਐਕਸਾਈਟਡ ਹੈ ਜ਼ਿਆਦਾ, ਠੰਡ ਬਹੁਤ ਜ਼ਿਆਦਾ ਹੈ। ਮੈਂ ਫਲੀਸ ਫਲੂਸ ਲੈ ਨਹੀਂ, ਗਲਵਸ ਨੋਰਮਲੀ ਮਿਲਦਾ, ਐਂ ਸੀ ਵੀ ਚਲੋ ਕਿਹੜਾ ਮੀਂਹ ਮੂੰਹ ਪਊਗਾ। ਰੇਨਕੋਟ ਵੀ ਵੈਸੇ ਤਾਂ ਮੇਰੇ ਕੋਲ ਹੈਗਾ ਪਰ ਮੈਂ ਲੈ ਕੇ ਨਹੀਂ ਆਇਆ, ਉੱਥੇ ਬੈਗ 'ਚ ਹੀ ਛੱਡਿਆ। ਚਲੋ ਨੈਕਸਟ ਟਾਈਮ ਹੁਣ ਰੱਖਿਆ ਕਰਾਂਗੇ ਨਾਲ, ਪੀਲਾ ਰੰਗ ਘੈਂਟ ਹੈ ਨਾ, ਮੈਚਿੰਗ। ਆਪਾਂ ਪਹੁੰਚ ਕੇ ਵੀ ਉਰੇ ਕਮਰੇ ਜੇ ਬਣੇ ਹੋਏ ਆ ਦੋ, ਅਤੇ ਉਰੇ ਆਪਾਂ ਪਾਉਣੇ ਆ ਬੂਟਾਂ 'ਚ ਕਰੈਂਪ ਕਿਉਂਕਿ ਅੱਗੇ ਸਾਰੀ ਨਿਰੀ ਹੈ, ਬਰਫ਼ ਹੈ। ਤਾਂ ਇਹ ਬਲੌਗ ਇੱਥੇ ਤੱਕ ਸੀ, ਅਗਲੇ ਬਲੌਗ 'ਚ ਤੁਹਾਨੂੰ ਉੱਪਰ ਪਹਾੜ ਦੇ ਚੋਟੀ ਟੱਕ ਦਾ ਟਰੈਕ ਮਿਲੂਗਾ। ਜੇ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਅਗਲਾ ਬਲੌਗ ਜ਼ਰੂਰ ਦੇਖੀਓ।